ਸਾਡੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਤ SHO ਸਿਟੀ ਗੁਰਦਾਸਪੁਰ ਵੱਲੋਂ ਇੱਕ ਜਾਲੀ ਸਰਟੀਫਿਕੇਟ ਬਣਾਉਣ ਦਾ ਜਿਹੜਾ ਕਰੈਕਟ ਹੈ ਉਹ ਬਸਟ ਕੀਤਾ। ਇਹਦੇ ਵਿੱਚ ਇੱਕ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜਿਹਨੂੰ ਅਰੈਸਟ ਕੀਤਾ। ਇਹ ਕਿਲਾ ਲਾਲ ਸਿੰਘ ਥਾਣੇ ਦਾ ਬਟਾਲੇ ਦਾ ਰਹਿਣ ਵਾਲਾ ਅਤੇ ਇਹਦੀ ਪੁਸ਼ਨ ਤੋਂ ਸਾਨੂੰ ਇੱਕ ਲੈਪਟੋਪ, ਇੱਕ ਪ੍ਰਿੰਟਰ, 8 ਜਿਹੜੀਆਂ ਸਟੈਂਪਸ ਹੈਗੀਆਂ ਫੇਕ ਸਟੈਂਪਸ, ਬਾਕੀ ਜਾਲੀ ਜਿਹੜੇ ਸਰਟੀਫਿਕੇਟ ਹੈ ਤਿਆਰ ਕਰਦਾ ਸੀਗਾ ਉਹ ਸਾਰੀਆਂ ਚੀਜ਼ਾਂ ਆਪਾਂ ਰਿਕਵਰ ਕੀਤੀਆਂ। ਉਹ ਤਾਂ ਕਰਦਾ ਪਿਆ ਜੀ ਸਰ ਇਹ ਕੰਮ, ਇਹਨੂੰ ਕਾਫੀ ਲੰਬਾ ਅਰਸਾ ਹੋ ਗਿਆ ਕਰਦਿਆਂ। ਹੁਣ ਇਹਦਾ ਆਪਾਂ ਰਿਮਾਂਡ ਲਿਆ, FIR ਦਰਜ ਕਰ ਲਈ ਗਈ ਹੈ। ਹੁਣ ਇਹ ਕਿੰਨੇ ਸਮੇਂ ਤੋਂ ਕਿੰਨੇ ਸਰਟੀਫਿਕੇਟ ਜਾਰੀ ਕੀਤੇ ਹੈ, ਕਿਹੜੇ ਕਿਹੜੇ ਬੰਦਿਆਂ ਨੂੰ ਇਸ ਜਾਲੀ ਸਰਟੀਫਿਕੇਟ ਦਾ ਬੈਨੀਫਿਟ ਹੋਇਆ, ਉਹ ਦੌਰਾਨੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਰੀ ਚੀਜ਼ ਆਪਾਂ ਸਰਫੇਸ ਕਰਾਂ। ਐਜੂਕੇਸ਼ਨ ਦੇ ਇਲਾਵਾ, ਸਪੋਰਟਸ ਦੇ ਇਲਾਵਾ ਹੋਰ ਕਿਹੜੇ ਕਿਹੜੇ ਸਰਟੀਫਿਕੇਟ ਬਣਾਉਂਦਾ ਸੀ? ਫਿਲਹਾਲ ਦੇ ਆਪਾਂ ਜਿਹੜੇ ਰਿਕਵਰੀ ਕੀਤੀ ਹੈਗੀ ਹੈ ਉਹਦੇ ਵਿੱਚ ਤਾਂ ਜਿਹੜੇ ਇਹਦੇ ਸਪੋਰਟਸ ਦੇ ਸਰਟੀਫਿਕੇਟ ਸੀਗੇ ਉਹੀ ਜਾਰੀ ਕਰਦਾ ਸੀਗਾ। ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨੂੰ ਹੋਰ ਥੋੜ੍ਹਾ ਗ੍ਰਿਲ ਕਰਦੇ ਹਾਂ, ਸਾਡੇ ਕੋਲ ਰਿਮਾਂਡ ਦੇ ਉੱਪਰ ਹੈ। ਇਹਦੇ ਇਲਾਵਾ ਹੋਰ ਕਿਹੜੇ ਕਿਹੜੇ ਸਰਟੀਫਿਕੇਟ ਕਰਵਾਉਂਦਾ ਸੀਗਾ ਉਹਦਾ ਵੀ ਆਪਾਂ ਪੂਰਾ ਜਾਂਚ ਕਰਾਂਗੇ। ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਜਿਨ੍ਹਾਂ ਨੂੰ ਇਸ਼ੂ ਕੀਤੇ ਹੈ ਉਹ ਕਿਹੜੀ ਕਿਹੜੀ ਚੀਜ਼ 'ਚ ਵਰਤ ਹੋਇਆ ਉਹ ਸਾਰੀ ਚੀਜ਼ਾਂ ਦੌਰਾਨੇ ਇਨਵੈਸਟੀਗੇਸ਼ਨ ਆਪਾਂ ਦੇਖਾਂਗੇ। ਜਿਹੜੇ ਸਾਡੇ ਕੋਲ ਬਰਾਮਦ ਕੀਤੇ ਗਏ ਇਹਦੇ ਕੋਲੋਂ ਉਹ ਕਿਸ ਲੈਵਲ ਦੇ ਹੈਗੇ? ਇਹ ਸਪੋਰਟਸ ਦੇ ਸਰਟੀਫਿਕੇਟ ਹੈ ਜੀ, ਸਪੋਰਟਸ ਅਚੀਵਮੈਂਟ ਦਾ ਸਰਟੀਫਿਕੇਟ ਹੈ ਜਿਹਦੇ ਬੇਸ ਦੇ ਉੱਪਰ ਸਾਰਿਆਂ ਨੂੰ ਜਿਹੜੀ ਹੈਗੀ ਹੈ ਉਹ ਨੌਕਰੀ ਮਿਲ ਸਕਦੀ ਹੈ। ਇਹਨੇ ਜਿਹੜੇ ਸਰਟੀਫਿਕੇਟ ਕੋਈ ਨੌਕਰੀ ਲੈ ਵੀ ਚੁੱਕਿਆ ਕੋਈ ਦੱਸਿਆ ਇਹਨੇ ਵੀ ਹੁਣ ਤੱਕ? ਇਹ ਹੁਣ ਆਪਾਂ ਇਹਦੇ ਜਿਹੜੇ ਰਿਮਾਂਡ ਦੇ ਉੱਪਰ ਲਿਆ ਇਹਦੇ ਕੋਲ ਸਾਰੀ ਡਿਟੇਲ ਲਵਾਂਗੇ ਕਿ ਹੁਣ ਤੱਕ ਇਸ ਬੰਦੇ ਨੇ ਕਿੰਨੇ ਕੁ ਸਰਟੀਫਿਕੇਟ ਕਿਹਨਾਂ ਕਿਹਨਾਂ ਨੂੰ ਜਾਰੀ ਕੀਤੇ ਹੈ ਅਤੇ ਉਹਨਾਂ ਦਾ ਕਿਸ ਕਿਸ ਬੰਦਿਆਂ ਨੂੰ ਜਿਹੜਾ ਹੈਗਾ ਉਹ ਬੈਨੀਫਿਟ ਲਿਆ ਹੋਇਆ। ਇਹਦੇ ਕੋਲ ਆਪਣੇ ਕੋਲ ਇੱਕ ਪ੍ਰਿੰਟਰ ਸੀਗਾ, ਹੁਣ ਜਿਹੜੀ ਹੁਣ ਮੁੱਢਲੀ ਜਿਹੜੀ ਤਫਤੀਸ਼ ਆਪਾਂ ਕੀਤੀ ਉਹਦੇ ਵਿੱਚ ਪਤਾ ਲੱਗਿਆ ਕਿ ਇੱਕ ਪ੍ਰਿੰਟਰ ਪ੍ਰੈਸ ਵਾਲਾ ਹੈਗਾ ਬਟਾਲੇ ਦੇ ਵਿੱਚ ਜੋ ਇਹਨੇ ਸਾਨੂੰ ਦੱਸਿਆ, ਉਹ ਹੁਣ ਉਹਨਾਂ ਦੇ ਕੋਲ ਜਾ ਕੇ ਆਪਾਂ ਉਹਨਾਂ ਨੂੰ ਲਿਆਵਾਂਗੇ, ਉਹਨਾਂ ਨੂੰ ਸ਼ਾਮਿਲ ਇਨਵੈਸਟੀਗੇਸ਼ਨ ਕਰਾਂਗੇ ਅਤੇ ਫਿਰ ਦੇਖਦੇ ਹਾਂ ਕਿ ਉਹ ਬੰਦਿਆਂ ਦਾ ਕੀ ਰੋਲ ਹੈਗਾ। ਫਿਲਹਾਲ ਇਹ ਬੰਦਾ ਮਾਸਟਰ ਮਾਈਂਡ ਹੈ ਜਿਹੜਾ ਦਵਿੰਦਰ ਹੈ, ਇਹਦੀ ਪੋਜੀਸ਼ਨ ਦੇ ਵਿੱਚੋਂ ਹੀ ਇਹ ਸਾਰੇ ਜਿਹੜੇ ਸਰਟੀਫਿਕੇਟ ਜਿਹੜੇ ਜਾਲੀ ਹੈ ਉਹ ਆਪਾਂ ਬਰਾਮਦ ਕੀਤੇ ਹੈ। ਇਹਦੇ ਨਾਲ ਹੋਰ ਕਿਹੜੇ ਕਿਹੜੇ ਐਸੋਸੀਏਟਸ ਹੈ ਇਹ ਹੁਣ ਉਹਨੂੰ ਰਿਮਾਂਡ 'ਤੇ ਲਿਆ, ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਲਿਆਵਾਂਗੇ ਸਾਰੀ ਚੀਜ਼ਾਂ।